पंजाबी विरसे नूं बचाउण दीआं गल्लां हुंदीआं ने। पंजाबी विरसे दी जदों गल आउंदी है तां कुछ अजिहा वी खजाना हुंदा है पंजाब दा जिस दा कोई मुल नहीं हुंदा। ओह अनमुल्ला खजाना सांभ के रख्या होया है कसौली दे रहिण वाले मोहन सिंह होरां ने। तो मेरे पिछे तस्वीरां भी तुसीं देख रहे होगे, वह खजाना तुहानूं साफ दिखाई भी दे रहा होएगा। पर पहला मोहन सिंह जी होरां नाल गलबात करदे आं कि आखिरकार किवें इन्हां नूं शौक पिया ते किवें इन्हां ने यह कलैक्शन जिहड़ी है पूरी कीती, क्योंकि वह समान जिहड़ा लगभग अलोप हो चुका है उसनूं अज भी ज्यौंदा रख्या होया है। एक गाने जिहड़े ग्रामोफोन से चल रहे हैं बहुत पुराने समय के असं सुनते सीगे, पर हुण तां हर किसी के हाथ दे विच फोन फड़िया होया है, हैडफोनस लगे हुए है, हर कोई आपकी पसंदीदार सौग सुनता है। पर किसी समय हुंदा सी एक ग्रामोफोन हुंदा सी ते पूरा पिंड उस दे गाने जिहड़ा सुनदा हुंदा सी ते ओह माहौल लगभग अज दुबारा वेखण नूं मिलिया। बहुत बहुत स्वागत है सर, पहला तो यह दसो ये शौक कित्थों पिया थानू? ये मेरे दादा जी कोल हुंदी थी मशीन जी, बहुत पुरानी, बगैर बिजली तो, बगैर बैटरी तो, बगैर सैलां तो, वो बिगड़ी हुई, वो खराब हुई भी पई थी घरे तूड़ी वाले कोठे च, वह फिर मैं चालू करी। उस तो बाद फिर बस शौक जागदा जागदा जा गया, कलैक्शन लग गया करन। हुण मेरे कोल 17 मशीनां ने, कबाड़ियां तो ला लै के बिगड़ियां मशीनां मैं आप घर तैयार करदा जी, जिहड़ा समान नहीं मिलदा मैं घर बना के पाना। तो मेरे कोल हुण 17 मशीनां ने, तो 300 रिकॉर्ड पत्थर दा, 1700 रिकॉर्ड मेरे कोल प्लास्टिक दा, ईपी ते एलपी रिकॉर्ड। क्या बात है, मैं देख रही हूँ तस्वीरें भी बड़े सोहने लग रहे हो। पुराना पंजाब जिहड़ा पंजाब अज गुम हो चुका कितना ना कितने, वो पंजाब वेखण नूं मिल रहा है। ਪਿੰਡਾਂ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀ ਇਹਨਾਂ ਦੇ ਨਾਲ, ਹੈ ਨਾ, ਕਿਸੇ ਦੇ ਘਰ ਵਿਆਹ ਸ਼ਾਦੀ ਹੁੰਦਾ ਸੀ ਤਾਂ ਇੱਕ ਇੱਕ ਮਹੀਨਾ ਪਹਿਲਾਂ ਇਹਨਾਂ ਗ੍ਰਾਮੋਫੋਨ ਤੇ ਗਾਣੇ ਵੱਜਣੇ ਸ਼ੁਰੂ ਹੋ ਜਾਂਦੇ ਹੁੰਦੇ ਸੀ। ਇਹ ਜਿਹੜਾ ਮੇਰੇ ਕੋਲ ਵਿਰਸਾ ਸੰਭਾਲਿਆ ਵਾ, ਇਹਨੂੰ ਵੇਖ ਕੇ ਆਪਣਾ 50-60 ਸਾਲ ਪੁਰਾਣਾ ਪੰਜਾਬ ਦਾ ਸੱਭਿਆਚਾਰ ਯਾਦ ਆ ਜਾਂਦਾ ਵੀ ਜਦੋਂ ਕਿਸੇ ਦਾ ਮਰਨਾ, ਜੰਮਣਾ, ਵਿਆਹ ਸ਼ਾਦੀ ਮੰਗਣਾ ਕਿਸੇ ਦਾ, ਤਾਂ ਘਰ ਫਿਰ ਦੋ ਦੋ ਭੱਠੀ ਚੜ੍ਹਦੀ ਸੀ ਜਦੋਂ ਵਿਆਹ ਦੀ, ਦੋ ਦੋ ਦਿਨ ਪਹਿਲਾਂ ਆਪਣਾ ਰੇਡੀਓ ਵਾਲੇ ਨੂੰ ਬੁਲਾ ਲੈਂਦੇ ਤੇ ਆਪਣਾ ਚੱਲਦੇ ਰਹਿੰਦੇ ਤੇ ਪੱਥਰ ਦੇ ਰਿਕਾਰਡ ਹੁੰਦੇ ਤੇ, ਬਸ ਉਹ ਵੇਖ ਕੇ ਪੁਰਾਣਾ ਸੱਭਿਆਚਾਰ ਯਾਦ ਆ ਜਾਂਦਾ ਜੀ। ਅੱਛਾ, 100-100 ਸਾਲ ਪੁਰਾਣੀਆਂ ਤੁਸੀਂ ਰੱਖੇ ਹੋਏ ਆ ਗ੍ਰਾਮੋਫੋਨ, ਇੰਨਾ ਪੁਰਾਣਾ ਜਿਹੜਾ ਸਮਾਨ ਹੈ ਮਿਲਿਆ ਕਿੱਥੋਂ ਤੁਹਾਨੂੰ? ਇਹ ਮੈਨੂੰ ਕਬਾੜੀਆਂ ਤੋਂ ਲੈ ਕੇ, ਜੇ ਨਾ ਇਹਨਾਂ ਦਾ ਹੁਣ ਸਮਾਨ ਮਿਲਦਾ, ਨਾ ਇਹਨੂੰ ਇਹਨਾਂ ਨਾਲ ਮਿਸਤਰੀ ਮਿਲਦੇ ਆ, ਜਿਹੜਾ ਬਿਲਕੁਲ ਕਬਾੜ 'ਚ ਸਿੱਟਿਆ ਵਾ ਦਾ ਸਮਾਨ, ਮੈਂ ਉਹਨਾਂ ਨੂੰ ਅੱਧੀ ਕੀਮਤ 'ਤੇ, ਚੌਥਾ ਹਿੱਸਾ ਕੀਮਤ ਦੇ ਕੇ ਉਹ ਸਮਾਨ ਮੈਂ ਘਰ ਲਿਆ ਕੇ ਉਹਦਾ ਸਮਾਨ ਆਪ ਬਣਾ ਕੇ ਪਾਇਆ। ਇਹਦਾ ਮੈਨੂੰ ਪੂਰਾ ਤਜਰਬਾ, ਪੂਰਾ ਗਿਆਨ ਆ, ਮੈਂ ਪੂਰੀ ਪੜ੍ਹਾਈ ਕਰੀ ਵੀ ਆ ਇਹਨਾਂ ਪਰ ਜੀ। ਅੱਛਾ, ਕਰਦੇ ਨਹੀਂ ਕੁਛ ਕਹਿੰਦੇ ਜਦੋਂ ਇਹ ਤੁਸੀਂ ਲੈ ਕੇ ਬੈਠ ਜਾਂਦੇ ਹੁੰਦੇ ਹੋ, ਇਹਨਾਂ ਨੂੰ ਸਹੀ ਕਰਨ ਲੱਗ ਜਾਂਦੇ ਹੋ, ਘਰਦੇ ਕਹਿੰਦੇ ਹੋਣਗੇ ਵੀ ਇਹ ਕਿਹੜੇ ਕੰਮੀ ਪਏ ਹੋ? ਘਰਦਿਆਂ ਨੂੰ ਸ਼ੁਰੂ ਵਿੱਚ ਤਾਂ ਇਹਨੇ ਥੋੜ੍ਹਾ ਜਿਹਾ ਇਤਰਾਜ਼ ਕੀਤਾ, ਜਦੋਂ ਤੁਹਾਡੇ ਵਰਗੇ ਚਾਨਣਾਂ ਵਾਲੇ ਘਰ ਆ ਕੇ ਆਪਣਾ ਮੂਵੀਆਂ ਬਣਾਉਣ ਲੱਗੇ, ਉਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਸਾਡੇ ਡੈਡੀ ਨੇ ਬਹੁਤ ਕੀਮਤੀ ਵਿਰਸਾ ਸੰਭਾਲਿਆ ਵਾ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਵਡਮੁੱਲਾ ਖਜ਼ਾਨਾ ਸਾਡੇ ਡੈਡੀ ਕੋਲ ਜੀ। ਫਿਰ ਹੁਣ ਸਪੋਰਟ ਕਰਦੇ ਆ ਪੂਰਾ ਪਰਿਵਾਰ? ਹੁਣ ਪੂਰੀ ਸਪੋਰਟ ਕਰਦੇ ਆ। ਅੱਛਾ, ਤੁਹਾਡੀ ਘਰਵਾਲੀ ਨੇ ਨਹੀਂ ਕਦੀ ਕੁਛ ਕਿਹਾ, ਕਿਉਂ ਘਰਵਾਲੀ ਹਮੇਸ਼ਾ ਟੋਕਦੀਆਂ ਹੁੰਦੀਆਂ ਵੀ ਕਿਹੜੇ ਕੰਮੀ ਪੈ ਗਏ? ਨਾ ਨਾ ਨਾ, ਘਰਵਾਲੀ ਨਹੀਂ ਹੈਗੀ ਟੋਕਣ ਵਾਲੀ ਜੀ। ਅੱਛਾ, ਘਰਵਾਲੀ ਕੋਆਪਰੇਟ ਕਰਦੀ ਹੈ ਪੂਰੀ ਜੀ। ਹਾਂ ਜੀ, ਪੁੱਛ ਲਾ ਮੈਂ ਉਹਨਾਂ ਨੂੰ ਬੁਲਾ ਕੇ। ਹਾਂ ਜੀ, ਪੁੱਛ ਲੇ, ਵੇਖ ਲਓ ਪਤਾ ਚੱਲੇ ਵੀ ਹੈ ਤੰਗ ਕਰਦੇ ਹੋ। ਠੀਕ। ਅੱਛਾ, ਤੁਹਾਡੇ ਬਿੱਲੀ ਵੀ ਮੈਂ ਵੇਖਦੀ ਵੀ ਆਏ ਹੋਏ ਆ, ਇਹ ਵੀ ਆਉਂਦੇ ਆ ਜਦੋਂ ਤੁਸੀਂ ਚਲਾ ਲੈਂਦੇ ਹੋ? ਹਾਂ ਹਾਂ, ਸਾਰੇ ਜੁੜੇ, ਇਹ ਸਾਰੇ ਜੁੜੇ ਹੋਏ ਮੇਰੇ ਨਾਲ। ਅੱਛਾ, ਗਾਣੇ ਵਗੈਰਾ ਸੁਣਨ ਆ ਜਾਂਦੇ ਜਿੱਦਣ ਤੁਸੀਂ ਕੱਢ ਲੈਂਦੇ? ਹਾਂ ਹਾਂ ਹਾਂ, ਇਹ ਮੈਂ ਕਿਸੇ ਦਾ ਪੋਤੇ ਦਾ ਬਰਥਡੇ ਹੋਵੇ, ਕੋਈ ਹੋਰ ਤਿੱਥ ਤਿਉਹਾਰ ਹੋਵੇ, ਉਦਣ ਕੱਢ ਲੈਂਦਾ ਮੈਂ ਮਸ਼ੀਨਾਂ, ਉਦਣ ਇਹ ਆਪਣੇ ਪੜੋਸੀ ਵੀ ਸੁਣਨ ਆ ਜਾਂਦੇ ਆ ਫਿਰ। ਅੱਛਾ, ਹਾਂ ਜੀ, ਫਿਰ ਮਤਲਬ ਤੁਹਾਡੇ ਘਰ ਵੀ ਕੋਈ ਫੰਕਸ਼ਨ ਹੁੰਦਾ ਛੋਟਾ ਮੋਟਾ, ਤੁਸੀਂ ਉਦਣ ਚਲਾ ਦਿੰਦੇ? ਚਲਾ ਦਿੰਦੇ, ਕੱਢ ਦਿੰਦੇ ਮੈਂ ਮਸ਼ੀਨਾਂ ਆਪਣੀਆਂ ਨੇ। ਅੱਛਾ, ਕਿਹੜਾ ਪਸੰਦੀਦਾਰ, ਕਿਹੜਾ ਗਾਇਕ ਕਿਹੜਾ ਤੇ ਗਾਣਾ ਕਿਹੜਾ ਪਸੰਦੀਦਾਰ ਤੁਹਾਡਾ? ਗਾਣੇ ਤਾਂ ਪੁਰਾਣੇ ਢਾਡੀਆਂ ਦੇ, ਅਮਰ ਸਿੰਘ ਛੌਂਕੀ ਦੇ, ਮੋਹਨ ਸਿੰਘ ਬਿੰਡਾ ਦੇ, ਨਿਰੰਜਣ ਸਿੰਘ ਦੇ ਤੇ ਨਾਜਰ ਸਿੰਘ ਦੇ, ਇਹ ਪੁਰਾਣੇ ਗੀਤ ਹੈਗੇ ਹੁਣ ਵੀ ਮੇਰੇ ਕੋਲ ਸਾਂਭੇ ਵੇ। ਹਾਂ, ਢੱਡ ਸਾਰੰਗੇ ਵਾਲੇ, ਸਾਹਿਬਾਂ ਆਵਾਜ਼ਾਂ ਮਾਰਦੀ। ਜਦੋਂ ਬਾਹਲੇ ਖੁਸ਼ ਹੁੰਦੇ ਹੋ ਫਿਰ ਕਿਹੜਾ ਗਾਣਾ ਸੁਣਦੇ ਹੋ? ਚਲੋ, ਗਾਣੇ ਮੇਰੇ ਕੋਲ ਜਿਹੜਾ ਮਨ ਕਰਦਾ ਸੁਣ ਲੈਂਦਾ, ਬਹੁਤ ਗਾਣੇ ਪਏ ਆ ਮੇਰੇ ਕੋਲ ਜੀ। ਹਾਂ, ਮੈਂ ਦੇਖ ਰਹੀ ਹਾਂ ਬੜੇ ਤਵੇ ਤੁਸੀਂ ਰੱਖੇ ਹੋਏ ਆ, ਪੁਰਾਣੇ ਪੁਰਾਣੇ, ਪਹਿਲਾਂ ਪੱਥਰ ਵਾਲੇ ਵੀ, ਹਰ ਸਾਈਜ਼ ਦਾ ਤਵਾ ਤੁਹਾਡੇ ਕੋਲ ਮਿਲ ਜਾਂਦਾ ਮੇਰੇ ਕੋਲ? ਹਾਂ, 1908 ਦੇ, 1902 ਦੇ ਰਿਕਾਰਡ ਪਏ ਆ ਸਾਂਭੇ ਵੇ ਜੀ। ਅੱਛਾ, ਇੱਕ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਤੁਹਾਨੂੰ ਬਾਹਰੋਂ ਫੋਨ ਆਇਆ ਇੱਕ
खास गाने दे लई स्पेशली फोन आया जेड़ा ओ आया मेरे कोल इतिहासकार एक हिस्टोरियन बलबीर सिंह ओ आया मेरे कोल फोन लंदन तो ਉਹ ਕਹਿੰਦਾ ਵੀ ਮੈਨੂੰ ਪਤਾ ਲੱਗਿਆ ਤੇਰੇ ਕੋਲ ਪੁਆਧੀ ਬੋਲੀ ਦੀ ਆਡੀਓ ਪਈ ਮਗਾ ਹੈਗੀ ਆ ਉਹਦੇ 90 ਸਾਲ ਪੁਰਾਣੀ ਆਡੀਓ ਮੇਰੇ ਕੋਲ ਪੱਥਰ ਦੇ ਰਿਕਾਰਡ ਤੇ ਉਹ ਤੇ ਲਿਖਿਆ ਪਟਿਆਲੇ ਕੀ ਬਾਤਾਂ ਉਹ ਪਈ ਮੇਰੇ ਕੋਲ ਸੁਣਾ ਦਿਆਂਗਾ ਤੁਹਾਨੂੰ ਜੀ ਉਹ ਕਿਸੇ ਕੋਲ ਨਹੀਂ ਹੈਗੀ ਉਰੇ ਜੀ ਅੱਛਾ ਮਤਲਬ ਤੁਸੀਂ ਦਾਵਾ ਕਰ ਰਹੇ ਕਿਸੇ ਕੋਲ ਹੈ ਹੀ ਨਹੀਂ ਤਾਂ ਹੀ ਉਹ ਤੁਹਾਨੂੰ ਉੱਥੋਂ ਫੋਨ ਆਏ ਲੰਡਨ ਤੋਂ ਸਿੱਧਾ ਫਿਰ ਉਹਨੂੰ ਆਡੀਓ ਬਣਾ ਕੇ ਫਿਰ ਉਹਨੂੰ ਵਟਸਐਪ ਕੀਤੀ ਹੈ ਅੱਛਾ ਹਾਂ ਕੀ ਬਾਤ ਹੈ ਪੂਰਾ ਪਰਿਵਾਰ ਹੁਣ ਅੱਗੇ ਕਿਹਨੇ ਵਿਰਸਾ ਸੰਭਾਲਿਆ ਦਾਦੇ ਤੋਂ ਤੁਹਾਡੇ ਬਾਪੂ ਜੀ ਤੋਂ ਹੁਣ ਤੁਸੀਂ ਤੁਹਾਡੇ ਤੋਂ ਅੱਗੇ ਹੁਣ ਤੁਹਾਡੇ ਬੱਚਿਆਂ 'ਚ ਕਿਸੇ ਨੂੰ ਹੈ ਸ਼ੌਂਕ ਇਹਨਾਂ ਨੂੰ ਸ਼ੌਂਕ ਘੱਟ ਆ ਥੋੜ੍ਹਾ ਜਿਹਾ ਅੱਛਾ ਹਾਂ ਇਹਨਾਂ ਨੂੰ ਨਹੀਂ ਹੈਗਾ ਇੱਕ ਤੁਸੀਂ ਕਹਿ ਰਹੇ ਸੀ ਤੁਹਾਡੇ ਪੋਤੇ ਨੇ ਸ਼ਾਇਦ ਭੇਜਿਆ ਕੁਛ ਬਾਹਰੋਂ ਇੱਕ ਗ੍ਰਾਮੋਫੋਨ ਭਤੀਜੇ ਨੇ ਹਾਂ ਭਤੀਜੇ ਨੇ ਨਵਿੰਦਰਦੀਪ ਸਿੰਘ ਭਤੀਜਾ ਮੇਰਾ ਇੱਕ ਅੱਛਾ ਕਨੇਡਾ ਰਹਿੰਦਾ ਉਹ ਮਸ਼ੀਨ ਲਿਆ ਮੇਰੇ ਵਾਸਤੇ ਸੂਈਆਂ ਵੀ ਭੇਜ ਦਿੰਦਾ ਜੀ ਜਦੋਂ ਆਉਂਦਾ ਜੀ ਉਹ ਲੈ ਕੇ ਆਉਂਦਾ ਕੁਝ ਨਾ ਕੁਝ ਮੇਰੇ ਵਾਸਤੇ ਜੀ ਮਤਲਬ ਭਤੀਜੇ 'ਚ ਹੈਗਾ ਸ਼ੌਂਕ ਇਸ ਚੀਜ਼ ਨੂੰ ਲੈ ਕੇ ਉਹਨੂੰ ਹੈਗਾ ਜੀ ਅੱਛਾ ਹਾਂ ਤੇ ਬਾਪੂ ਜੀ ਪੋਤੇ ਵੀ ਹੋਣਗੇ ਤੁਹਾਡੇ ਹਾਂ ਜੀ ਹਾਂ ਜੀ ਹਾਂ ਉਹ ਮੇਰੀ ਵੀਡੀਓ ਇਹ ਮੂਵੀ ਮਾਵੀ ਬਣਾ ਦਿੰਦੇ ਆ ਪਾ ਦਿੰਦੇ ਆ ਉਹਦੇ ਵਟਸਐਪ 'ਤੇ ਯੂਟਿਊਬ 'ਤੇ ਜੀ ਅੱਛਾ ਇੱਕ ਉਹਨਾਂ ਨੇ ਚੈਨਲ ਖੋਲ੍ਹਿਆ ਪੁਆਧੀ ਚੈਨਲ ਕਸੌਲੀ ਉਹਦੇ ਪਾ ਦਿੰਦੇ ਆ ਵੀਡੀਓ ਜੀ ਖਰਾਬ ਤਾਂ ਉਹਨਾਂ ਦਾ ਹੋਊਗਾ ਜਿਹਨਾਂ ਨੂੰ ਮਿਸਤਰੀ ਨਹੀਂ ਲੱਭਦੇ ਮੈਂ ਤਾਂ ਖੁਦ ਤਿਆਰ ਕਰਨ ਵਾਲਾ ਮੇਰੇ ਕੋਲ ਤਾਂ ਲੋਕਾਂ ਦੀਆਂ ਹੁੰਦੀਆਂ ਬਣਦੀਆਂ ਮਸ਼ੀਨਾਂ ਚੰਡੀਗੜ੍ਹ ਤੋਂ ਕਈ ਮਸ਼ੀਨਾਂ ਬਣਦੀਆਂ ਆਈਆਂ ਮੇਰੇ ਕੋਲ ਬਣਾ ਕੇ ਭੇਜੀਆਂ ਮੈਂ ਮਤਲਬ ਮਿਸਤਰੀ ਦਾ ਵੱਲ ਸਿੱਖਿਆ ਕਿ ਸ਼ੌਂਕ ਨਹੀਂ ਮਿਸਤਰੀ ਬਣਾਤਾ ਅਸਲ 'ਚ ਅੱਜ ਤੋਂ 52 ਸਾਲ ਪਹਿਲਾਂ ਮੈਂ BA ਕਰ ਲਈ ਤੀ ਜੀ ਉਸ ਤੋਂ ਬਾਅਦ ਫਿਰ ਨੌਕਰੀ ਦੀ ਝਾਕ ਘੱਟਦੀ ਫਿਰ ਮੈਂ ਘੜੀਆਂ ਦਾ ਕੰਮ ਆਪੇ ਘਰੇ ਆਪਣੀ ਘੜੀ ਰੋਜ਼ ਖੋਲ੍ਹਣੀ ਰੋਜ਼ ਬੰਧਣੀ ਰੋਜ਼ ਖੋਲ੍ਹਣੀ ਵਿੱਚੋਂ ਸਮਾਨ ਉਹਦਾ ਸਾਰਾ ਆਪਣੀ ਘੜੀ ਦੇ ਕੰਮ ਸਿੱਖੇ 4 ਸਾਲ ਘੜੀਆਂ ਦੀ ਦੁਕਾਨ ਰੱਖੀ ਜਿਹੜਾ ਘੜੀਆਂ ਦਾ ਸਮਾਨ ਕੰਮ ਆ ਉਹ ਕੰਮ ਮੈਨੂੰ ਸਿੱਖਿਆ ਵਾ ਹੁਣ ਕੰਮ ਦੇ ਰਿਹਾ ਜੀ ਜਿੱਥੇ ਮਿਲਦਾ ਲੱਗਦਾ ਪਤਾ ਲੈ ਆਉਂਦਾ ਜੀ ਇਹ ਹੌਲੀ ਹੌਲੀ ਵੱਧਦੀ ਆ ਪਹਿਲਾਂ ਮੇਰੇ ਕੋਲ 5-7 ਕਾਰਡ ਤੇ ਫਿਰ 1000 ਹੋ ਗਏ 1500 ਹੋ ਗਏ ਹੁਣ ਮੇਰੇ ਕੋਲ 2000 ਕਾਰਡ ਨੇ ਅੱਛਾ ਪਿੰਡ 'ਚੋਂ ਕਦੀ ਕੋਈ ਕਿਸੇ ਨੇ ਕਿਹਾ ਹੋਵੇ ਕਿਉਂਕਿ ਤੁਹਾਡੀ ਉਮਰ ਦੇ ਜਿਹੜੇ ਹੋਣਗੇ ਯਾਰ ਮਿੱਤਰ ਜਾਂ ਤੁਹਾਡੇ ਤੋਂ ਤੁਹਾਡੇ ਬਾਪੂ ਜੀ ਦੀ ਉਮਰ ਦੇ ਕੋਈ ਹੋਣਗੇ ਉਹਨਾਂ ਦੇ ਕੋਲ ਮੋਸਟਲੀ ਮਿਲ ਜਾਂਦਾ ਇਹੋ ਜਿਹਾ ਸਮਾਨ ਉਹਨਾਂ 'ਚੋਂ ਕਿਸੇ ਨੇ ਕਿਹਾ ਨਹੀਂ ਛੋਟਾ ਜਿਹਾ ਪਿੰਡ ਆਪਣੇ ਹੈਗਾ ਨਹੀਂ ਸਮਾਨ ਆਪਣੇ ਪਿੰਡ 'ਚ ਨਹੀਂ ਹੈਗਾ ਅੱਛਾ ਤਾਂ ਮਤਲਬ ਉਹਨਾਂ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਜਿਹੜੇ ਸਿੱਟ ਦਿੰਦੇ ਆ ਕਬਾੜ 'ਚ ਸਿੱਟ ਦਿੰਦੇ ਆ ਵੀ ਚਲੋ ਸਾਡੇ ਤਾਂ ਵਰਤਣ ਦੀ ਚੀਜ਼ ਹੈ ਨਹੀਂ ਉਹਨਾਂ ਨੂੰ ਕੋਈ ਅਪੀਲ ਕਰਨੀ ਹੈ ਵੀ ਹਾਂ ਤੁਹਾਨੂੰ ਹੀ ਦੇ ਦੇਣ ਐਟਲੀਸਟ ਸੰਭਾਲ ਲਓਗੇ ਜਿਹਨਾਂ ਦਾ ਮੈਨੂੰ ਪਤਾ ਗੁਆਂਢ 'ਚ ਹੈਗੇ ਸੀ ਆਪਣੇ ਪਿੰਡ ਮੈਂ ਕੋਈ ਮਸ਼ੀਨ ਨਹੀਂ ਹੋਈ ਕਰੀ ਤੀ ਬਾਬਾ ਜੀ ਕੋਲ ਹੁੰਦੀ ਤੀ ਬਸ ਜਿਹਨਾਂ ਨੇ ਵਿਆਹ ਸ਼ਾਦੀਆਂ 'ਚ ਵਜਾਈਆਂ ਆਪਣੇ ਗੁਆਂਢ 'ਚ ਉਹਨਾਂ ਕੋਲ ਪਹੁੰਚ ਕਰਕੇ ਉਹਨਾਂ ਦੇ ਪੋਤਿਆਂ ਤੋਂ ਉਹਨਾਂ ਦੇ ਮੁੰਡਿਆਂ ਤੋਂ ਮੈਂ ਰਿਕਾਰਡ ਖਰੀਦੇ ਆ ਪੁਰਾਣੀਆਂ ਮਸ਼ੀਨਾਂ ਲੈ ਕੇ ਆਏ ਹੁਣ ਕਿਸੇ ਦੇ ਘਰ ਵਿਆਹ ਸ਼ਾਦੀ ਹੁੰਦਾ ਤਾਂ ਕੋਈ ਤੁਹਾਨੂੰ ਕਹਿਣ ਆਉਂਦਾ ਵੀ ਮੋਹਨ ਸਿੰਘ ਜੀ ਆਹ ਇੱਕ ਅੱਧਾ ਗ੍ਰਾਮੋਫੋਨ ਸਾਡੇ ਘਰੇ ਵਜਾ ਦਿਓ ਮੈਂ ਕਿਹਾ ਮੈਂ ਲੈ ਕੇ ਨਹੀਂ ਜਾਂਦਾ ਭਾਈ ਮੈਨੂੰ ਪਰਮਾਤਮਾ ਨੇ ਸਭ ਕੁਝ ਦਇਆ ਵਾ ਮੈਂ ਕਿਰਾਏ 'ਤੇ ਨਹੀਂ ਵਜਾਉਂਦਾ ਹੁੰਦਾ ਮੈਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਘਰੇ ਆਪਣੇ ਸ਼ੌਂਕ ਵਾਸਤੇ ਰੱਖਿਆ ਵਾ ਸਮਾਨ ਅਸੀਂ ਸ਼ੌਂਕ ਨੂੰ ਸੰਦੇ ਹਾਂ ਅੱਛਾ ਕਦੀ ਐਂ ਹੋਇਆ ਪਰਿਵਾਰ ਵਾਲੇ ਕਹਿਣ ਵੀ ਐਵੇਂ ਕੋਈ ਫੰਕਸ਼ਨ ਵੀ ਨਾ ਹੋਏ ਪਰਿਵਾਰ ਵਾਲਿਆਂ ਦਾ ਵੈਸੇ ਹੀ ਮਨ ਹੋਏ ਵੀ ਅੱਜ ਇਕੱਠੇ ਬੈਠ ਕੇ ਕੁਝ ਸੁਣ ਲੈਂਦੇ ਹਾਂ ਚਲਾ ਲਓ ਭੈਣਾਂ ਆਉਂਦੀਆਂ ਮੇਰੀਆਂ ਭੂਆ ਜੀ ਆਉਂਦੀਆਂ ਕਹਿੰਦੀਆਂ ਮੋਹਨ ਆਪਣਾ ਸਮਾਨ ਕੱਢ ਕੇ ਵਿਖਾ ਉਹ ਗੀਤ ਮੇਰਾ ਸੁਣਨ ਨੂੰ ਜੀ ਕਰਦਾ ਸੜਕੇ ਜਾਂਦੀ ਹੈ ਮਟੀਆ ਰੇਣੀ ਪੈਰ ਚੁੱਭਾ ਕੰਡਾ ਚੁੱਭਾ ਤੇਰੇ ਪੈਰ ਬਾਂਕੀ ਨਾਰੇ ਨਹੀਂ ਪਏ ਮੇਰੇ ਸਾਰੇ ਰਿਕਾਰਡ ਸੁਰਿੰਦਰ ਕੌਰ ਦੇ ਪ੍ਰਕਾਸ਼ ਕੌਰ ਦੇ ਮੈਨੂੰ ਬੱਚਿਆਂ ਨੇ ਕਦੀ ਹੋਇਆ ਹੋਏ ਕਿ ਬੱਚਿਆਂ ਨੇ ਕਿਹਾ ਹੋਏ ਬਾਪੂ ਜੀ ਆਹ ਚਲਾ ਦਿਓ ਜਾਂ ਕੁਛ ਹਾਂ ਬੱਚਿਆਂ ਨੇ
बच्चे तो पहला तो थोड़े जे मेरे तो थोड़ा जहा मैं जदों बड़ा स्पीकर का वो जड़ा कोठियां दे बजा के रख देते वह लैन दा उस तो एक मुंडे फिर गुस्से लग गए हूँ कहिंदा भी दिन रात बजा तैनू कोई नहीं रोकता आवाज घर तो बाह बाउंड्री तो बाहर ना जाए। अच्छा तो फिर ओनू धूप दे के रख दिया ओनू मुड़ के कढ़िया फिर बड़ा। अच्छा। जेड़ा मन करदा गाना सुन लैंदे आ। दिखा दिंदे आ तुहानू ओह ग्रामोफोन्स भी सारे जेड़े तुसी देख रहे हो 15 तो 17 ग्रामोफोन्स ने जेड़े वजा के भी सानू दिखाए आ बापू जी होरां ने बहुत पुराने पटियाली की बातें वो करता पटियाले की बातें ठीक है जी। जेड़ी ऑडियो की गल कर रहे थे भी कितने नहीं मिलेगी जिदे स्पैशली लंडन तो इन्हों फोन आता है ऑडियो के लिए वह ऑडियो भी अपन चला के सुनाएंगे। तो तुम देख रहे हो तमाम यह जिन्हें जिन्हें ग्रामोफोन तुम देख रहे हो ये सारे चलते हैं तो इन्हों तैयार करने के लिए बहुत मेहनत की हुई है बापू जी होर ने 1933 का कवर पाया रिकॉर्ड का द सॉन्ग्स ऑफ अवर टाइम 1933। क्या बात। अच्छा बापू जी पहला आह मैं दस दो तुम आह दस रहे थे ना भी आह तुम आह मोटरसाइकिल दे ओदे नाल बनाया मोटरसाइकिल का हैंडल लैके ये कुछ आप तैयार करिए जी। अच्छा साइकिल दी साइकिल दा एक्सल लेके ये चाबी तैयार करिए जी। अच्छा ते आह मशीन दे हुंदा है सिलाई मशीन दे। हां ये सिलाई मशीन दा रोलर है जी। बिलकुल तस्वीर दिखाईया अनमुला खजाना है जेड़ा के हुण जरूर गायब हो चुका है पर हले भी जड़ा है 1908 दा रिकॉर्ड है जी। अच्छा जी एयर रिकॉर्ड ते लिखिया मेड इन कोलकाता। ठीक है जी कोलकाता दे विच बनया होया मेड इन कोलकाता ते है किन्ना दा ए आ भाई छैले दा। अच्छा सॉन्ग भाई भाई छैला जी। संभाल के रखा होया मोहन सिंह जी होरां ने जो ये म्यूजिक चलता है तो रूह नूं वाकई सुकून दिंदा है क्योंकि अजकल दे गाणियां नूं अगर उस समय दे गाणियां दे नाल कंपेयर करिए अजकल दे गाणे सानूं किसे समय फजूल लगन लग जांदे ने क्योंकि कई पुराने गाणियां दे विच कुछ ना कुछ अर्थ हुंदा सी मायने हुंदे सी अजकल दे गाने जिहड़े ने सारे नहीं असीं कहांगे पर काफ़ी इहो जिहे गाने ने जिन्हां दा कोई अर्थ ही नहीं हुंदा बेमायने हुंदे ने। अपने जमाने दा सारिआं दे पॉपुलर गीत रहा जी तुसीं सुणिआ होएगा किहड़ा जी नैण प्रीतो दे बह जा करदे। अच्छा क्या बात जो चलिया रिकॉर्ड उस वेले भी ब्लैक च मिलदा था हुण भी ब्लैक च मिलिया मैनू। अच्छा ए मिलदा नहीं रिकॉर्ड बहुत वधिया रिकॉर्ड आ नैण परी तो दे बैजा बैजा कर दे नैण परी तो दे सोहटा पचासों हला हां जलेबा कियां बख बाण आलियां जुदा अगे मिट्टी के हुक्कियां के जुदियां भाई की पुछने लाहौर कियां बातां इस नु अगे लंघ पईए ते के अनारकली आ जंदी भाई धर्म ना की पुछने हा 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 सही पई कल्लू सुनियाड़ती बहुती कोलों भी बद ओए लाहौर मां कोई नई चीज ही खाधी तेने या नहीं। हां हां भाई मैंने वो पीता पी वो क्या फलूदा भाई फलूदा हट वाले ने बिच मां लून का डला गेर दिया उस फलूदे में लून का डला वो बात तो कोई लून भी नहीं था मेरे यार मैंने हाथ लगा के देखा ठंडा सीत वर्गा पड़िया
ले भाई मैंने निकाल के चित्र के पल्ले में बन लिया। बातों को पूतना था करीब बाद हाथ लगा के देखे चित्र का पल्ला ही कर दी। बातों को पूतना था जानती मेरी मूर्ख के लट गया। और क्या क्या देखा तेने? और भाई उठे भी मैंने देखी ठंडी सड़क, हाथ लगा के देखी भाई पई सरकारी नाल पाटे पे मिलने हाथ लगाए चिराटे छट दिए भाई। फिर बस फिर भाई मैनू सिपाही ने फड़ लिया। बस चलन दे फिर मेरा से डबकू जुत्ती चला भाई। तो फिर मैंने भी नहीं हिलाया। जब सौ जुत्ती पूरी होन पर आवे मैं भाई फिर हिला दिया। मैंने कह के समझ गया से खास पटियाले कहे नहीं और कुछ लिया भी है लाहौर माते के खाली हाथी आ गया। लाहौर भाई का उससे खाली हाथ लमकाउन दे लाना था क्या है? इन्नी इन्नी मिट्टी का हुक्का रुपये का बाण एक रकाटा वाला तवा। अच्छा भाई केड़ा रकाटा वाला तवा लगता है? दस सुन के पादी वाला जी। बापू जी लंदन तो फोन आया सी स्पेशली एदे लई कि ऑडियो भेजी जाए। तां बिल्कुल इस खजाने दी दात दिंदे आ। कैमरा पर्सन अजय दे नाल शालू मेरोक मोहाली।